ਹਾਂਜੀ ਯਾਰ, ਕੀ ਹਾਲ ਚਾਲ ਆ ਸਾਰੇ ਦੋਸਤਾਂ ਮਿੱਤਰਾਂ ਦਾ? ਉਮੀਦ ਕਰਦੇ ਹੋਈ ਠੀਕ ਠਾਕ ਹੋਊਗਾ, ਤੁਹਾਡੇ ਜਾਨਵਰ ਵੀ ਸੈੱਟ ਵੈੱਟ ਹੋਣਗੇ। ਲਓ ਜੀ, ਅੱਜ ਸਵੇਰੇ ਸਵੇਰੇ ਜਾਗ ਆ ਗਈ ਆਪਾਂ ਨੂੰ, ਆ ਚੁੱਕੇ ਹਾਂ ਪੋਪਰ ਅਤੇ ਬਲੈਕੀ ਹੁਣ ਛੱਡਦੇ ਹਾਂ ਆਪਾਂ। ਦੇਖੋ ਸ਼ਾਂਤੀ ਬਹੁਤ ਆ, ਹੁਣ ਟਾਈਮ ਤੁਹਾਨੂੰ ਮੈਂ ਦੱਸ ਦਿੰਦਾ, ਹਜੇ 7:45 ਦਾ ਟਾਈਮ ਹੋਇਆ ਵਾ। ਆਹ ਦੇਖ ਲਓ ਮੌਸਮ, ਹਜੇ ਸੂਰਜ ਨਿਕਲਣਾ ਸਟਾਰਟ ਹੀ ਹੋਇਆ। ਆਪਾਂ ਟਾਈਮ ਨਹੀਂ, ਆਹ ਪਈਆਂ ਛਤਰੀਆਂ ਖੜੀਆਂ ਕਰ ਦਿੰਦੇ ਹਾਂ ਅਤੇ ਫਿਰ ਦੇਖਦੇ ਹਾਂ ਬੱਚੇ ਉਹਨਾਂ ਨੂੰ ਛੱਡ ਕੇ। ਪਹਿਲਾਂ ਮੈਂ ਛਤਰੀਆਂ ਲਾ ਲਾਂ, ਅਤੇ ਅੱਜ ਆ ਵੀ ਪਾਉਂਦੇ ਓਸਟੋਪੈਟ ਕੈਲਸ਼ੀਅਮ ਕੁੱਜੀਆਂ ਦੇ ਵਿੱਚ, ਅਤੇ ਕੁੱਜੀ ਇੱਧਰਲੀ ਬਾਹਰ ਕੱਢਦੇ ਨੇ ਨਾਲੇ ਉੱਧਰਲੀ, ਅਤੇ ਇੱਕ ਆਹ ਤੋਤਿਆਂ ਵਾਲੀ ਕੂਦਣੀ ਨੇ ਵੀ ਆਂਡਾ ਰੱਖ ਲਿਆ। ਹੋਵੇ ਪਿਆ ਇਹ ਪਾਸੇ ਹੋ ਜਾਓ ਬਾਈ, ਹੋਦੇ ਪਿਆ ਆਂਡਾ, ਠੀਕ ਆ। ਇੱਧਰ ਆਪਣੀ ਚੀਨੀ ਨੇ ਵੀ ਰੱਖ ਲਿਆ, ਉਹ ਦੇ ਪਿਆ, ਅਤੇ ਉਹਨਾਂ ਨੇ ਤਾਂ ਦੋਨੇ ਰੱਖੇ ਵੀ ਸੀਗੇ। ਆਹ ਬਸ ਚਲੋ ਬੱਚੇ ਬੁੱਚੇ ਓਕੇ, ਰਿਪੋਰਟਾਂ ਵਾ ਆ ਪਏ ਆ। ਬੱਚਾ ਇਹ ਨਾ ਰੱਤੀਆਂ ਕਾਂਤਾ ਦਾ ਲਾਲ ਚੀਨਾ ਜਿਹਾ ਬੱਚਾ ਹੈ ਸੀ, ਬਲੈਕੀਆ ਦਾ ਭਰਾ, ਉਹਨਾਂ ਦੇ ਬੱਚੇ ਕਾਫੀ ਵੱਡਾ ਹੋ ਗਿਆ, ਅਤੇ ਬਲੈਕੀਆ ਬੈਠਾ ਹੋ ਅਤੇ ਦੂਜਾ ਵੀ ਉਹ ਆ, ਉਹਦੇ ਰੰਗ ਦਿਖਾਉਣਾ ਹੁਣ ਤੁਹਾਨੂੰ। ਕੱਲ੍ਹ ਜਿਵੇਂ ਜਗਰੂ ਭਾਈ ਡੰਡੇ ਮਾਰ ਕੇ ਗਿਆ ਨਾ, ਅਤੇ ਰੰਗ ਪੂਰਾ ਘੈਂਟ ਹੋ ਗਿਆ ਮੇਰੇ ਹਿਸਾਬ ਨਾਲ। ਇੱਕ ਮਿੰਟ ਉਹਨੂੰ ਵੀ ਖੁੱਲ੍ਹਾ ਆਪਾਂ ਛਤਰੀ 'ਤੇ ਬਿਠਾਉਂਦੇ ਹਾਂ, ਪਹਿਲਾਂ ਬਲੈਕੀਆ ਹੁਣ ਉਹਨੂੰ ਡਾ ਦੇ ਗਿਆ ਆਪਾਂ, ਫਿਰ ਬਿਠਾਵਾਂਗੇ ਉਹਨੂੰ, ਕੁੱਜੀ ਬਾਹਰ ਕੱਢ ਲਈਏ ਨਾਲੇ ਉੱਧਰੋਂ ਮੈਂ ਲੈ ਕੇ ਆਉਣਾ ਹਲਦੀ ਰਾਮ ਬਾਅਦ 'ਚ। ਪਹਿਲਾਂ ਛਤਰੀਆਂ ਖੜੀਆਂ ਕਰ ਦੇਗੇ, ਇਹਨਾਂ ਦੀ ਵਾਰੀ ਭੇੜ ਦੇਗੇ, ਕਿਉਂਕਿ ਰਿਸਕ ਤਾਂ ਰਿਸਕ ਹੀ ਆ। ਫਿਰ ਆ ਲਓ ਜੀ ਚਾਬੀ, ਇੱਧਰ ਰਾਤੀ ਆ ਪਈ ਆ। ਲਓ ਜੀ ਆਹ ਖੜੀਆਂ ਕਰ ਲਈਆਂ ਆਪਾਂ ਛਤਰੀਆਂ, ਅਤੇ ਹੁਣ ਛੱਡਦੇ ਹਾਂ। ਪਹਿਲਾਂ ਬਿਠਾ ਦਿੰਦੇ ਹਾਂ ਹਲਦੀ ਰਾਮ, ਉੱਡ ਸਕਦਾ ਹੂੰ ਬਲਾ, ਬਲੈਕੀ ਨਹੀਂ ਫੜਦੇ ਹਾਂ। ਇਹ ਕਿੱਧਰ ਗਿਆ? ਆਓ ਬੈਠਾ ਆਇਆ ਬਲੈਕੀ, ਉਹ ਦੇਖੀ ਬਾਹਰ ਨਾ ਨਿਕਲ ਜੀ। ਦੂਜੇ ਕਬੂਤਰਾਂ ਦਾ ਰੈਸਕਿਊ, ਉਹ ਕੱਲ੍ਹ ਤੁਹਾਨੂੰ ਮੈਂ ਇੱਕ ਗੱਲ ਦੱਸਦਾ, ਇਹਨਾਂ ਨਿਕਲ ਹੀ ਗਏ ਸੀ ਕਬੂਤਰ ਬਾਹਰ। ਇੱਕ ਮਿੰਟ ਪਹਿਲਾਂ ਬਲੈਕੀ ਆ ਫੜ ਲਿਆ, ਆਹ ਬੈਠਾ ਦੂਜਾ, ਇਹਨੂੰ ਵੀ ਬਾਹਰ ਕੱਢਦੇ ਹਾਂ ਬਾਅਦ 'ਚ, ਕਿਉਂਕਿ ਮੁੜ ਕੇ ਉੱਡਣਾ ਨਹੀਂ ਗਾ, ਉੱਡਣਾ ਨਹੀਂ। ਹਲੋ ਜੀ ਫੜ ਲਿਆ ਆਪਣਾ ਬਲੈਕੀ ਆ, ਉਹ ਬੈਠਾ ਹਲਦੀ ਰਾਮ, ਉਹ ਵੀ ਬਾਹਰ ਕੱਢ ਲਿਆ, ਕੁੱਜੀਆਂ ਵੀ ਬਾਹਰ ਕੱਢ ਲਈਆਂ, ਵੀ ਧੋ ਕੇ ਭਰ ਦਿੰਦੇ ਹਾਂ। ਪਹਿਲਾਂ ਇਹਨਾਂ ਨੂੰ ਓਲੇ ਠੋਕ ਦੇਗੇ, ਦਾਣੇ ਦੂਣੇ ਦੇਖਦਾ ਮੈਂ ਪਹਿਲਾਂ, ਤਾਂ ਥੋੜ੍ਹੇ ਮੋਟੇ ਹੀ ਆ, ਇੰਨੇ ਹੈ ਨਹੀਂ ਗੇ, ਬਾਕੀ ਵੇਟ ਬੂਟੇ ਦਾ ਓਕੇ ਰਿਪੋਰਟਾਂ ਵਾ। ਪਹਿਲਾਂ ਉਹਨੂੰ ਛੱਡ ਕੇ ਕਿਹਨੂੰ ਛੱਡ ਗਏ? ਚਲੋ ਇਹ ਹੋ ਸਕਦਾ ਨਹੀਂ ਛਤਰੀ 'ਤੇ ਬਹਿਣਾ ਹੋਵੇ। ਸਤਨਾਮ ਵਾਹਿਗੁਰੂ, ਹੇ ਮੇਰਿਆ ਮਾਲਕਾ, ਤੰਦਰੁਸਤੀ ਬਖਸ਼ੀ ਬਲੈਕੀ ਇਹਨੂੰ। ਚਲੋ ਜੀ ਓਲਾ ਲੱਗਣ ਲੱਗਿਆ ਹੁਣ, ਚਲੋ ਕੋਈ ਨਾ ਇੱਕ ਮਿੰਟ ਇਹਨੂੰ ਹੀ ਛੱਡਦੇ ਹਾਂ। ਮੈਨੂੰ ਪਹਿਲਾਂ ਹੀ ਪਤਾ ਸੀ ਇਹਨੇ ਇੰਨੀ ਛੇਤੀ ਇਹ ਸੋਹਲ ਹੈ ਨਹੀਂ ਨਾ, ਵੀ ਉੱਡ ਜੂਗਾ ਜਲਦੀ ਜਲਦੀ। ਹਲੋ ਜੀ, ਇਹ ਇੱਕ ਸੁਣ ਮੈਂ ਹੋਰ ਗੱਲ ਦੱਸਦਾ, ਹਲਦੀ ਰਾਮ ਅਤੇ ਇਹਦੇ ਨਾਲੋਂ ਵੀ ਢੀਠ ਆ, ਉਹ ਤੁਹਾਨੂੰ ਦੱਸਦਾ ਮੈਂ ਕਿਉਂ। ਕਿਉਂਕਿ ਇਹ ਪਤੰਦਰ ਨੇ ਕੱਲ੍ਹ ਨਾ ਜਗਰੂਪ ਬਾਈ ਨੇ, ਉਹਦੇ ਉੱਧਰ ਗਿਆ ਜਗਰੂਪ ਬਾਈ ਨੇ ਕੱਲ੍ਹ ਇਹਨੂੰ ਡਾਉਣ ਦੀ ਕੋਸ਼ਿਸ਼ ਕੀਤੀ ਪਤੰਦਰ, ਇਹ ਤਾਂ ਇਹਦੇ ਨਾਲ ਬਲੈਕੀ ਨਾਲੋਂ ਵੀ ਢੀਠ ਆ, ਇੱਥੇ ਆ ਕੇ ਮੌਜ ਨਾਲ ਬਹਿ ਗਿਆ। ਛਤਰੀ ਅਸੀਂ ਲਾਈ ਵੀ ਸੀਗੀ ਨਾ, ਅਤੇ ਲੰਮੀਆਂ ਪਾਈਆਂ ਸੀ ਵੀ ਬੱਚੇ ਚਾਰ ਗੇੜੇ ਦੇ ਲਏ ਬਲੈਕੀ ਹੈ ਨਾ, ਅਤੇ ਸਿਰਾ ਹੀ ਕਰਾ ਦੀ ਪਤੰਦਰ ਨੇ। ਹੁਣ ਇਹਨਾਂ ਨੂੰ ਐਂ ਕਰਦੇ ਹਾਂ ਆਪਾਂ, ਤੀਜੀ ਸੋਟੀ ਆ ਪਈ ਆ, ਜਾਲ ਆਪਾਂ ਲਾ ਲੈਂਦੇ ਉੱਪਰੋਂ, ਇਹ ਜਾਲ ਐਂ ਰੱਖ ਦਿੰਦੇ ਇੱਧਰ ਸਾਈਡ 'ਤੇ ਕਰਕੇ, ਕਿਉਂਕਿ ਇਹਦਾ ਇੱਦਾਂ ਖਾਸ ਕੰਮ ਹੈ ਨਹੀਂ ਗਾ, ਇਹਨਾਂ ਨੂੰ ਡਾਂਗ ਨਾਲ ਘੇਰ ਦਿੰਦੇ ਹਾਂ, ਕਿਉਂਕਿ ਹੱਥ ਲਾਉਣੇ ਨਾ ਬਾਹਲਾ ਕੰਮ ਖਰਾਬ ਹੁੰਦਾ। ਇਹ ਚਲੋ ਏ ਉੱਡ ਗਿਆ ਉੱਡ ਗਿਆ ਉੱਡ ਗਿਆ, ਇਹਨੂੰ ਪਤਾ ਸਾਹਿਬ ਆ ਉੱਡਣ ਅੱਡਣ ਦਾ, ਤੁਸੀਂ ਆਏ ਨਾ ਕਿਉਂ
ਅਤੇ ਕੱਲ੍ਹ ਤੁਸੀਂ ਕਹਿੰਦੇ ਧੱਕਾ ਨਾ ਕਰੋ, ਜੇ ਇਹਦੇ ਨਾਲ ਧੱਕਾ ਨਾ ਕਰੀਏ ਇਹਨੇ ਉੱਡਣ ਨਹੀਂ ਸੀ ਲੱਗਣਾ ਇੰਨੀ ਛੇਤੀ। ਆਹ ਦੇਖ ਲਓ ਹੁਣ ਤਾਂ ਆਹ ਫਿਰਦਾ ਵਧੀਆ ਗੇੜੇ ਦਿੰਦਾ ਤੁਹਾਡੇ ਸਾਹਮਣੇ ਹੈ। ਉਹ ਟੀਠ ਹੀ ਹੈ ਯਾਰ ਇਹ ਨਾ, ਆਪਾਂ ਇਹਨੂੰ ਆਪਾਂ ਐਂ ਸਿਖਾਇਆ ਵਾ ਸ਼ੁਰੂ ਤੋਂ ਵੀ ਬਾਈ ਜੀ ਤੁਸੀਂ ਛਤਰੀ ਤੋਂ ਹਿੱਲਣਾ ਨੀਗਾ। ਉਹ ਤਾਂ ਬਿੱਲੀ ਹੋਵੇ, ਉਹ ਕਿੱਧਰ ਗਈ ਆ ਉਹਦੇ ਆਈ ਕਿੱਧਰ ਦੀ ਮੈਨੂੰ ਤਾਂ ਸਮਝ ਨਹੀਂ ਲੱਗੀ, ਕਹਿੰਦੀ ਤਾਂ ਆਪਣੇ ਇੱਧਰ ਗਈ ਆ। ਮੈਂ ਤਾਂ ਯਾਰ ਡਰ ਹੀ ਗਿਆ, ਉਹ ਭੱਜ ਗਈ ਉੱਧਰ ਪਾਪੇ ਗਏ ਮੰਜੀ ਤਾਂ ਉਹ ਆ ਭੱਜੀ ਗਿਆ ਉਹ ਫਿਰਦਾ ਹੋਵੇ। ਚਲੋ ਬੱਸ ਕਰਕੇ ਹੁਣ ਆਪੇ ਹੁਣ ਆਹ ਦੇਖੋ ਉੱਚਾ ਚੜਿਆ ਫਿਰਦਾ ਲੈ। ਆ ਬਾਕੀ ਤੁਹਾਨੂੰ ਨਾ ਕੈਮਰੇ ਵਿੱਚ ਥੋੜ੍ਹਾ ਜਿਹਾ ਹਨੇਰਾ ਦਿਖਦਾ ਹੁਣ, ਇੰਨਾ ਨਹੀਂ ਰਾਹ ਦੇਖ ਲਓ ਹੈ ਨਹੀਂਗਾ, ਉਹਦੇ ਸੂਰਜ ਨਿਕਲਦਾ ਹੁੰਦਾ ਉਹ ਵੀ ਉੱਚਾ ਚੜ ਗਿਆ ਉਹਦੇ ਬਲੈਕ ਹੀ ਆ ਸਿੰਘ। ਚਲੋ ਆਪਾਂ ਇਹਦੇ ਮੂੰਹ ਲਈ ਦੇਖਣਾ, ਆਪਾਂ ਕਹਿਣਾ ਇਹਨੂੰ ਕੁਛ ਨੀਗਾ, ਨਾ ਆਵਾਜ਼ ਮਾਰਨੀ। ਉੱਧਰ ਜੱਸੇ ਨੇ ਵੀ ਛੱਡ ਤਿਆ ਉਹਦੇ ਬੱਚੇ, ਉਹ ਵੀ ਉੱਚਾ ਚੜ ਗਿਆ ਲੈ, ਵਧੀਆ ਫਿਰਦਾ ਓਕੇ ਰਿਪੋਰਟਾਂ ਲੈ, ਕੁਛ ਨਹੀਂ ਹੋਇਆ ਇਹਨੂੰ, ਐਵੇਂ ਤਾਂ ਬਹਿਵੀਂ ਸੀਗਾ। ਆਹ ਦੇਖ ਲਓ ਲੈ, ਬਾਈ ਨੇ ਸਹੀ ਕਿਹਾ ਸੀਗਾ, ਬਾਕੀ ਬਾਈ ਕਹਿੰਦਾ ਜਦੋਂ ਇਹ ਉੱਡਣ ਲੱਗ ਗਿਆ ਤਾਂ ਮੁੜ ਕੇ ਇਹਨੇ ਹੱਥ ਨਹੀਂ ਧਰਾਉਣਾ, ਤਾਂ ਤੁਹਾਡੇ ਸਾਹਮਣੇ ਆ ਉਹ ਫਿਰਦਾ ਉਹ ਵੀਰਿਆ ਆਵੇ ਆਉਂਦਾ। ਦੋ ਤਾਂ ਜੱਸੇ ਨੇ ਬੱਚੇ ਕੱਢਤੇ ਆ, ਹੋ ਜਾਂਦਾ ਮੂਹਰੇ ਮੂਹਰੇ ਉਹ ਫਿਰਦਾ। ਉਹ ਦੇ ਹੋਰ ਜੱਸਾ ਕੱਢੀ ਜਾਂਦਾ। ਬਾਕੀ ਆਹੀ ਟਾਈਮ ਆ ਯਾਰ ਬੱਚੇ ਬੁੱਚੇ ਗਿਝਾਉਣ ਦਾ ਨਾ, ਸਵੇਰੇ ਸਵੇਰੇ ਟਾਈਮ ਤਾਂ ਸੱਤ ਸਵਾ ਸੱਤ ਦਾ ਹੋਇਆ ਪਿਆ। ਇਹ ਥੋੜ੍ਹਾ ਜਿਹਾ ਇੱਧਰ ਨੂੰ ਨਾ ਬੱਦਲ ਬਣਿਆ ਹੋਇਆ, ਉੱਧਰ ਨੂੰ ਮੀਂਹ ਮੂੰਹ ਕਿਤੇ ਪੈਂਦਾ, ਅਤੇ ਇੱਧਰ ਦੇਖ ਲਓ ਮੌਸਮ ਪੂਰਾ ਸਾਫ਼ ਆ, ਉਹ ਵੀ ਸੂਰਜ ਨਿਕਲਦਾ ਹੁੰਦਾ ਲੈ, ਇੱਧਰ ਵੀ ਪੂਰਾ ਸਾਫ਼ ਆ। ਇਹ ਥੋੜ੍ਹਾ ਜਿਹਾ ਇੱਧਰ ਹੀ ਹੈਗਾ ਥੋੜ੍ਹਾ ਜਿਹਾ ਹਨੇਰਾ ਜ਼ਿਆਦਾ ਵੱਧ, ਤਾਂ ਹੀ ਤੁਹਾਨੂੰ ਨੀਲਾ ਜਿਹਾ ਸਮਾਨ ਦਿੰਦਾ ਹੁਣ ਆਵੇ ਆ ਗਿਆ ਬਲੈਕ ਹੀ ਆ। ਇਹਨੂੰ ਆਵਾਜ਼ ਬੂਜ਼ ਵੀ ਨਹੀਂ ਦੇਣੀ, ਆਹ ਦੇਖੋ ਇਹ ਤੁਹਾਨੂੰ ਅੱਜ ਪੂਰਾ ਵਲੋਗ ਇਹਦਾ ਉੜਦੇ ਦਾ ਦਿਖਾਉਣਾ। ਅੱਜ ਆਪਾਂ ਧੱਕਾ ਨਹੀਂ ਕਰਦੇ, ਉਹ ਕੱਲ੍ਹ ਨਾ ਤਾਂ ਕੀਤਾ ਧੱਕਾ, ਉਹ ਤੁਹਾਨੂੰ ਮੈਂ ਦੱਸ ਦਿੰਦਾ ਕਿਉਂ, ਕਿਉਂਕਿ ਜਿਵੇਂ ਕਿ ਤੁਹਾਨੂੰ ਮੈਂ ਦੱਸਿਆ ਵੀ ਇਹਨੂੰ ਆਪਾਂ ਗਿਝਾ ਲਿਆ ਵੀ ਬਾਈ ਜੀ ਤੁਸੀਂ ਛਤਰੀ ਤੋਂ ਨਹੀਂ ਹਿੱਲਣਾ, ਅਤੇ ਉਸੇ ਗੱਲ 'ਤੇ ਉਹ ਪੱਕਾ ਹੋ ਗਿਆ। ਅਤੇ ਹੁਣ ਇਹਨੂੰ ਫਿਰ ਡਾਂਗਣਾ ਆਪਾਂ ਗਹਿਰਤਾ, ਇਹਨਾਂ ਨੂੰ ਪਤਾ ਲੱਗ ਗਿਆ ਹੁਣ ਵੀ ਮੈਂ ਉੱਡ ਵੀ ਸਕਦਾ ਵਾਂ, ਅਤੇ ਉੱਡਦਾ ਵੀ ਤੁਹਾਡੇ ਸਾਹਮਣੇ ਹੀ ਆ ਦੇਖ ਲਓ ਹੁਣ ਵਧੀਆ ਫਿਰਦਾ ਨਾ, ਕੁਛ ਨਹੀਂ ਹੋਇਆ। ਦੋਨੇ ਛਤਰੀਆਂ ਮੈਂ ਨਹੀਂ ਲਾਈਆਂ ਛਤਰੀਆਂ, ਦੇਖ ਲਓ ਲੈ ਛਤਰੀਆਂ ਦੋਨੇ ਲੱਗੀਆਂ, ਕਬੂਤਰ ਕਾਤਰ ਕੋਈ ਵੀ ਨਹੀਂ ਉੱਤੇ ਬੰਨਿਆ। ਆਹ ਆਉਂਦਾ ਲੈ ਲੈ ਪੈਰ ਵੀ ਇੱਥੇ ਹੀ ਕੱਢਦਾ ਵਾ, ਸਿਆਣਾ ਤਾਂ ਬਾਹਲਾ ਵਾ, ਆ ਜਾਂਦਾ ਲੈ। ਜੇ ਹੁਣ ਆਵਾਜ਼ ਬੂਜ਼ ਦਊਂਗਾ ਤਾਂ ਕੰਮ ਖਰਾਬ ਹੋ ਜੂਗਾ, ਆਵਾਜ਼ ਬੂਜ਼ ਨਹੀਂ ਇਹਨੂੰ ਆਪਾਂ ਦਿੰਦੇ, ਐਂ ਫਿਰਦਾ ਰਹਿਣਾ ਤੁਸੀਂ ਕਦੀ ਕਾਹਨੂੰ ਆ ਜਗਰੂਪ ਬਾਈ ਦੇ ਕਹਿਣਗੇ ਮੁੜ ਕੇ ਖਰਾਬ ਹੁੰਦਾ ਹੈ ਨਾ। ਚਲੋ ਆਵਾਜ਼ 'ਤੇ ਲੱਗਿਆ ਉਹ ਲਾਉਣਾ, ਉਹ ਗੱਲ ਵੱਖਰੀ ਆ, ਪਰ ਜਾਨਵਰ ਨਾ ਖਰਾਬ ਹੁੰਦਾ ਜੱਸੇ ਵਾਲੇ ਬੱਚੇ, ਉਹ ਚੜ ਗਿਆ ਉਹਦੇ ਉਹ ਫਿਰਦੇ ਹਰੇ, ਅਤੇ ਬਲੈਕ ਹੀ ਆ ਜੀ ਆ ਜਾਂਦੇ ਆ। ਹੁਣ ਐਂ ਦੇਖਣਾ ਆਪਾਂ ਵੀ ਕਿੰਨਾ ਟਾਈਮ ਉੜਦਾ ਇਹ ਚੀਜ਼ ਦੇਖਣੀ ਆ, ਕਪੈਸਿਟੀ ਇਹਦੀ ਕਿੰਨੀ ਕਾ। ਬਾਕੀ ਇਹਨੂੰ ਹੁਣ ਛੋਲੇ ਛਾਲੇ ਤਾਂ ਆਪਾਂ ਦਿੰਦੇ ਰਹਿੰਦੇ ਹਾਂ ਇਹਨੂੰ ਵੀ, ਦੂਜੇ ਨੂੰ ਵੀ, ਇਹਦਾ ਫਿਰਦਾ ਰਹੂਗਾ। ਇਹਨੇ ਨਾ ਇੱਕ ਕੰਮ ਤੁਹਾਨੂੰ ਗੱਲ ਕੱਲ੍ਹ ਵੀ ਦੱਸਦਾ, ਕੱਲ੍ਹ ਨਾ ਹੀ ਛਤਰੀ ਲਾ ਕੇ ਇਹਨੂੰ ਉਡਾਇਆ ਸੀ, ਜੱਸੇ ਉੱਧਰ ਛਤਰੀ 'ਤੇ ਬੈਠੇ ਹੀ ਛਤਰੀਆਂ ਦੂਜੀਆਂ ਵੀ ਲੱਗੀਆਂ ਤੁਹਾਨੂੰ, ਜਿਵੇਂ ਤੁਹਾਨੂੰ ਮੈਂ ਦਿਖਾਇਆ ਸੀਗਾ ਹੈ ਨਾ, ਪਰ ਕਿਸੇ ਦੇ ਨਹੀਂ ਬੈਠਾ, ਸਿਆਣਾ ਬਹੁਤ ਆ। ਬਾਕੀ ਇੱਧਰ ਤੁਹਾਨੂੰ ਪ੍ਰੋਸੈਸ ਦਿਖਾ ਦਿੰਦਾ, ਆਪਣੀ ਡੱਬੀ ਨੇ ਦੋਨੇ ਆਂਡੇ ਧਰ ਲਏ, ਆਪਾਂ ਚੱਲਦੇ ਹਾਂ ਅੰਦਰ, ਇਹਨੂੰ ਇੱਕ ਵਾਰੀ ਲਾਸਟ ਵਾਰੀ ਦੇਖ ਲਗੇ ਫਿਰਦਾ ਨਾ, ਬਾ ਠੀਕ ਆ। ਇਹਨੂੰ ਐਂ ਦੇਖਣਾ ਨਾਲੇ ਕਿੰਨੇ ਟਾਈਮ ਤੱਕ ਉੜਦਾ, ਬਾਕੀ ਤੁਹਾਨੂੰ ਇੱਧਰ ਦਿਖਾਉਂਦੇ ਹਾਂ। ਨਾਲੇ ਤਾਂ ਬੱਚਾ ਆਹ ਦੇਖ ਲਓ, ਡੱਬੀ ਨੇ ਦੋਨੇ ਆਂਡੇ ਧਰ ਲਏ ਆ, ਆਹ ਬੈਠੀ ਆ। ਹਾਂ ਡੱਬੀ ਕਿਵੇਂ ਆ, ਠੀਕ ਆ। ਅਤੇ ਬਾਕੀ ਇੱਧਰ ਬੱਚਾ ਦੇਖ ਲਓ ਕਿੱਡਾ ਹੋ ਗਿਆ, ਆਹ ਵੀਰੇ ਇਹਦੇ ਰਿੰਗ ਪਾਈ ਸੱਚ ਉੱਤਰ ਤਾਂ ਨਹੀਂ ਗਈ, ਨਹੀਂ ਨਹੀਂ ਪਈ ਆ ਪਈ ਆ ਪਈ ਆ, ਉਵੇਂ ਪਾਈ ਵੀ ਆ।
ਅਰੇ ਇਹ ਰੱਤੀਆਂ ਗਾਂਤਾ ਦਾ ਤੇ ਰੱਤੀ ਜੀ ਪੂਛ ਆ, ਐਂ ਜੇ ਆ ਬੱਚਾ ਇਹ। ਆਪਣੀ ਪਜਾਮਾ ਜੀ ਨੇ ਵੀ ਦੋਨੇ ਅੰਡੇ ਧਰ ਲਏ ਮੇਰੇ ਹਿਸਾਬ ਨਾਲ। ਕਿ ਕੀ ਆ, ਇੱਕ ਤੋੜ ਦਿਆ ਕਿ ਕੀ ਚੱਕਰ ਆ, ਤੇ ਦੋਨੇ ਥੱਲੇ ਲਈ ਬੈਠੀ ਆ। ਇੱਕ ਕੀ ਆ ਹਜੇ ਤਾਂ, ਓਹੋ ਆ ਕਿਵੇਂ ਮੋਕ ਜੀ ਇੱਥੇ ਕੰਮ ਖਰਾਬ ਕੀਤਾ ਪਿਆ। ਲਓ ਜੀ ਇੱਧਰਲੇ ਖੁੱਡੇ ਜਾ ਕੇ ਹੁਣ ਤੁਹਾਨੂੰ ਆਹ ਜੌਂਡੀਅਰ ਫੜ ਕੇ ਦਿਖਾਉਂਦੇ ਹਾਂ। ਆਹ ਤਾਂ ਲੈ ਜਾਂਦਾ ਬਾਹਰ ਆਪਾਂ, ਇਹਦਾ ਨਾਲੇ ਰੰਗ ਦਿਖਾਉਣਾ ਤਾਂ ਬਲੈਕ ਹੀ ਹਜੇ ਵੀ ਉੱਡਾ ਫਿਰਦਾ ਹੋਇਆ ਗਿਆ। ਆ ਲਿਆ ਗਿਆ, ਆ ਜਾਂਦਾ। ਓਕੇ ਜੀ ਆਹ ਦੇਖ ਲਓ, ਬਾਕੀ ਬਾਈ ਤਾਂ ਕਹਿੰਦੇ ਇਹਨੂੰ ਖੁੱਲ੍ਹਾ ਛੱਡਿਆ ਕਰਕੇ, ਅਤੇ ਇਹ ਥੋੜ੍ਹਾ ਜਿਹਾ ਕੱਲ੍ਹ ਮੈਲਾ ਹੋ ਗਿਆ। ਬਾਕੀ ਛਤਰੀ ਤਾਂ ਮੇਰੇ ਹਿਸਾਬ ਨਾਲ ਤਾਂ ਜਾ ਵੜੂਗਾ, ਪਰ ਮੇਰਾ ਨਹੀਂ ਚੇਤਾ ਇਹਨੂੰ ਕਰਦਾ ਖੁੱਲ੍ਹਾ ਖੁੱਲ੍ਹਾ ਛੱਡਣ ਨੂੰ। ਰੰਗ ਠੀਕ ਆ, ਹੌਲੀ ਹੌਲੀ ਗੂੜਾ ਹੋ ਜੂਗਾ, ਕਿਉਂਕਿ ਪਹਿਲੇ ਬਲੈਕ ਇਹਦੇ ਵੀ ਆਈ ਸੀਗਾ। ਬਾਕੀ ਇੱਕ ਵਾਰੀ ਟਰਾਈ ਕਰਕੇ ਦੇਖਾਂ ਮੈਂ, ਛਤਰੀ ਉੱਪਰ ਲੱਗੀ ਹੈ। ਸ਼ੇਰਾ ਜਾ ਸਕਦਾ ਤੂੰ ਏ, ਹੈਂ ਜਾਏਗਾ, ਪਰ ਬਲੈਕ ਹੀ ਅੱਡੇ ਕੂ ਆ, ਇਹਨੂੰ ਜਾਲ 'ਚ ਪਾ ਲੈਣੀ, ਇੱਥੇ ਬਾਅਦ 'ਚ ਬਿਠਾ ਦਿੰਦੇ। ਹੋ ਜਾਂਦਾ ਉਹਦੇ, ਹੋ ਵਜਾਈ ਜਾਂਦਾ। ਆ ਗਿਆ ਆ ਗਿਆ, ਹਾਂ ਹਾਂ ਕੱਢਦੇ ਹਾਂ ਤੈਨੂੰ ਬਾਹਰ, ਕੱਢਦੇ ਹਾਂ ਕੱਢਦੇ ਹਾਂ ਬਾਈ ਕੱਢਦੇ ਹਾਂ। ਹੋ ਰਿਹਾ ਬਲੈਕ ਆ, ਆ ਗਿਆ ਹੁਣ ਬਹਿੰਦਾ ਫਿਰਦਾ, ਇਹਦੀ ਮਰਜ਼ੀ ਆ, 10 ਮਿੰਟਾਂ ਨੂੰ ਬਹਿ ਜੇ, 20 ਮਿੰਟਾਂ ਨੂੰ ਬਹਿ ਜੇ, ਆਪਾਂ ਤੈਨੂੰ ਕੁਛ ਨਹੀਂ ਕਹਿੰਦੇ। ਅਤੇ ਬਾਕੀ ਤੈਨੂੰ ਕੱਢਦੇ ਹਾਂ ਬਾਈ ਕੱਢਦੇ ਹਾਂ, ਰੁਕ ਜਾ ਵੇਟ ਕਰ ਲਾ ਥੋੜ੍ਹੀ ਜੀ, ਬਲੈਕੀ ਨੂੰ ਆ ਜਾਂਦੇ ਆਪਾਂ ਨਾਲ ਹੀ ਤੈਨੂੰ ਖੁੱਲ੍ਹਾ ਬਿਠਾ ਦਿੰਦੇ, ਕੋਈ ਨਹੀਂ। ਲਓ ਜੀ ਉਹ ਆ ਕੇ ਬਹਿ ਗਿਆ ਬਲੈਕੀ ਆ, ਅਤੇ ਹੁਣ ਇਹਨੂੰ ਵੀ ਛੱਡ ਦਿੰਦੇ ਹਾਂ। ਆ ਜਾ ਥੋਡੀ ਨੂੰ ਤਾਂ ਡਰਦਾ ਹੀ ਬਹੁਤ, ਮੈਨੂੰ ਤਾਂ ਐਂ ਲੱਗਦਾ ਵੀ ਇਹ ਵੀ ਨਾ ਫਰਾਰ। ਓ ਹੋ ਬਾਈ ਜੀ ਰੁਕ ਜਾਓ ਰੁਕ ਜਾਓ ਰੁਕ ਜਾਓ, ਕਾਹਲੀ ਨਾ ਕਰੋ। ਆਹ ਫੜ ਲਿਆ ਬਾਈ, ਇਹ ਮੈਨੂੰ ਲੱਗਦਾ ਤਾਂ ਵੈਸੇ ਡਰ ਹੀ ਆਉਂ, ਚੱਲ ਵੀ ਜਾਊਗਾ ਐਂ ਤਾਂ। ਇਹ ਹੱਲ ਗਿਆ 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 ਗਿਆ, ਹੋ ਗਿਆ ਗਿਆ। ਚਲੋ ਜੀ ਇਹਨੇ ਨੇ ਇਹਨੂੰ ਵੀ ਛਤਰੀ ਦਾ ਪਤਾ ਲੱਗ ਗਿਆ, ਬਲੈਕ ਹੁਣ ਇੱਧਰ ਆਊਗਾ, ਜਾਏ ਉੱਧਰ ਜਾਊਗਾ। ਅਤੇ ਲਓ ਜੀ ਜਿਵੇਂ ਕਿ ਤੁਹਾਨੂੰ ਪਤਾ ਹੀ ਆ, ਦੇਖ ਹੀ ਲਿਆ ਤੁਸੀਂ, ਬਲੈਕ ਆ ਕੇ ਬਹਿ ਗਿਆ ਵਾ, ਅਤੇ ਇੱਦਾਂ ਹੀ ਇਹਨੂੰ ਹੁਣ ਰੈਗੂਲਰ ਆਪਾਂ ਡਾਈ ਜਾਵਾਂਗੇ, ਅਤੇ ਤੁਸੀਂ ਦੇਖਦੇ ਰਹੋ ਵਲੌਗ। ਅਤੇ ਬਾਕੀ ਜਿਵੇਂ ਕਿ ਤੁਹਾਨੂੰ ਦਿਖਾਤਾ ਮੈਂ, ਕਬੂਤਰੀਆਂ ਨਵੀਆਂ ਨੇ 3-4 ਨੇ ਆਂਡੇ ਰੱਖ ਲਏ ਆ, ਬੱਚੇ ਕੱਢ ਲੈਣ। ਜਿਹੜੇ 3-4 ਹੈਗੇ ਆ ਉਹ ਆਪਾਂ ਥੋੜ੍ਹੇ ਕੁ ਟਾਈਮ ਤੱਕ ਚੱਕ ਲਾਂਗੇ, 5-7 ਦਿਨਾਂ ਤੱਕ ਡੱਕੇ ਜਵਾਬ ਆ ਜਾਣਗੇ ਖੰਭ 'ਚ ਉਹਨਾਂ ਦੇ, ਉਹਨਾਂ ਨੂੰ ਵੀ ਹੱਥੀਂ ਪਾਲ ਲਾਂਗੇ, ਕਬੂਤਰ ਹੋਰ ਆਂਡੇ ਧਾਰ ਲੈਣਗੇ, ਫਿਰ ਬੱਚੇ ਬੱਚੇ ਹੌਲੀ ਹੌਲੀ ਹੋ ਜਾਣਗੇ ਆਪਣੇ ਕੋਲ, ਜੋੜੇ ਹਜੇ ਨਹੀਂ ਪਾੜਦੇ। ਅਤੇ ਬਾਕੀ ਜਿਹੜੇ ਆਪਣੇ ਚੈਨਲ 'ਤੇ ਨਵੇਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ, ਵੀਡੀਓ ਨੂੰ ਕਰ ਲਓ ਲਾਈਕ, ਕਮੈਂਟ ਕਰਕੇ ਜੂਸ ਵੀਡੀਓ ਕਿੱਦਾਂ ਲੱਗੀ। ਅਤੇ ਬਲੈਕ ਹੀ ਆ ਹੁਣ ਨਹੀਂ ਆਪਾਂ ਬੜਾ ਤੰਗ ਕਰਦੇ, ਹੁਣ ਬਸ ਇੰਨਾ ਕੁ ਜਿੰਨੇ 1 ਵਜੇ ਸਵੇਰੇ ਡਾਇਆ ਕਰਾਂਗੇ, ਜਿੰਨਾ ਟਾਈਮ ਵੀ ਉੱਡ ਕੇ ਆ ਗਿਆ ਇਹਨੂੰ ਤਾੜ ਦਿਆ ਕਰਾਂਗੇ। ਓਕੇ ਜੀ ਬਾਏ ਹੁਣ।